ਲੱਗਦਾ ਮੈਨੂੰ ਮੇਰਾ ਇਸ਼ਕੇ ਤੂੰ ਨਾ ਪਤਾ ਤੈਨੂੰ। ਤੋ ਦੋਸਤੋ ਚਲੋ ਟਾਈਪਿੰਗ ਸ਼ੁਰੂ ਕਰਤੇ, ਤੋ ਮੈਂ ਆਪਕੋ ਬਤਾਨੇ ਵਾਲਾ ਹੂੰ ਕਿ ਫਸਟ ਟਾਈਪਿੰਗ ਕੈਸੇ ਕਰਤੇ। ਸੋ ਸਬਸੇ ਪਹਿਲੇ ਫਸਟ ਟਾਈਪਿੰਗ ਕੇ ਲਈ ਆਪਕੋ ਏ ਬੀ ਸੀ ਡੀ ਲਿਖਣੀ ਹੋਗੀ। ਤੋ ਆਪ ਏ ਬੀ ਸੀ ਡੀ ਕਿਸ ਤਰੀਕੇ ਸੇ ਲਿਖੇਂਗੇ, ਤੋ ਆਪਕੋ ਯਹਾਂ ਸਕ੍ਰੀਨ ਪੇ ਸਾਹਮਨੇ ਦਿਖਾਈ ਦੇ ਰਿਹਾ ਹੈ ਕਿ ਆਪਕੋ ਏ ਬੀ ਸੀ ਡੀ ਇਸ ਤਰੀਕੇ ਸੇ ਲਿਖਣੀ ਹੈ। ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜੇਡ। ਆਪਕੋ ਇਸੀ ਤਰੀਕੇ ਸੇ ਏ ਬੀ ਸੀ ਡੀ ਲਿਖਣੀ ਹੈ ਔਰ ਇਹ ਲਿਖਤੀ ਚਲੇ ਜਾਣਾ, ਕਮ ਸੇ ਕਮ ਆਪਕੋ ਯੇ 10 ਮਿਨਟ ਤੱਕ ਲਿਖਣੀ ਹੈ। ਜਬ ਤੱਕ ਆਪ ਯੇ 10 ਮਿਨਟ ਨਹੀਂ ਲਿਖਤੇ ਤਬ ਤੱਕ ਆਪਕੀ ਸਪੀਡ ਨਹੀਂ ਹੋ ਸਕਤੀ। ਤੋ ਸਬਸੇ ਪਹਿਲੇ ਆਪਕੋ ਯੇ 10 ਮਿਨਟ ਤੱਕ ਲਿਖਣੀ ਹੋਗੀ, ਜਿਸ ਕਿ ਮੈਂ ਯਹਾਂ ਪੇ ਲਿਖ ਰਹਾ ਹੂੰ। ਪੂਰੇ ਆਪਕੋ 10 ਮਿਨਟ ਤੱਕ ਲਿਖਣੀ ਹੈ ਤਾਂ ਕਿ ਆਪਕੀ ਸਪੀਡ ਇਨਕ੍ਰੀਜ ਹੋ ਸਕੇ। ਤੋ ਯੇ ਇੱਕ ਤਰੀਕਾ ਹੈ ਸਪੀਡ ਬੜਾਨੇ ਕਾ, ਠੀਕ ਹੈ। ਤੋ ਮੈਂ ਆਪਕੋ ਬਤਾ ਦੇ ਰਹਾ ਹੂੰ ਔਰ ਆਪਕੋ ਇਸੀ ਤਰੀਕੇ ਸੇ ਪ੍ਰੈਕਟਿਸ ਕਰਨੀ ਹੈ ਔਰ ਮੈਂ ਆਗੇ ਆਪਕੋ ਔਰ ਵੀ ਬਤਾਨੇ ਵਾਲਾ ਹੂੰ ਕਿ ਆਪਕੋ ਔਰ ਕਿਆ ਕਰਨਾ ਹੈ। ਤੋ ਆਪਕੋ ਸਬਸੇ ਪਹਿਲੇ ਏ ਬੀ ਸੀ ਡੀ ਆਪ ਸਪੇਸ ਦੇ ਕੇ ਲਿਖਣਾ ਹੈ, ਜੈਸੇ ਕਿ ਆਪ ਏ ਬੀ ਸੀ ਡੀ ਲਿਖਤੇ ਹੋ ਤੋ ਆਪ ਬੀਚ ਬੀਚ ਮੈਂ ਉਨਕੋ ਸਪੇਸ ਦੇ ਦੇਣਾ ਹੈ ਤਾਂ ਕਿ ਆਪਕੋ ਕਮ ਸੇ ਕਮ ਯੇ ਹਮੇ 10 ਮਿਨਟ ਤੱਕ ਲਿਖਣੀ ਹੈ ਔਰ ਇਸਕੋ ਜਿਤਨਾ ਹੋ ਸਕੇ ਜ਼ਿਆਦਾਤਰ ਲਿਖੀਏਗਾ ਆਪਕੀ ਸਪੀਡ ਇਨਕ੍ਰੀਜ ਹੋਣੇ ਕਾ ਪੂਰਾ ਪੂਰਾ ਚਾਂਸ ਹੈ। ਕਿਉਂਕਿ ਆਪ ਇਸ ਤਰੀਕੇ ਸੇ ਅਗਰ ਪ੍ਰੈਕਟਿਸ ਕਰੋਗੇ ਤੋ ਆਗੇ ਜਾ ਕੇ ਆਪਕੀ ਬਹੁਤ ਹੀ ਜ਼ਿਆਦਾ ਸਪੀਡ ਅੱਛੀ ਹੋ ਸਕਤੀ ਹੈ। ਤੋ ਦੋਸਤੋ ਮੇਰੇ ਖਿਆਲ ਸੇ ਆਪਕੋ ਯੇ ਵੀਡੀਓ ਅਗਰ ਅੱਛੀ ਲਗੇ ਤੋ ਪਲੀਜ਼ ਪਲੀਜ਼ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਲੀਜੀਏਗਾ, ਕਿਉਂਕਿ ਮੈਂ ਆਪਕੇ ਲਈ ਇਸੀ ਤਰੀਕੇ ਕੀ ਵੀਡੀਓ ਔਰ ਵੀ ਲਾਣੇ ਵਾਲਾ ਹੂੰ। ਤੋ ਆਪ ਇਸ ਵੀਡੀਓ ਕੋ ਅਗਰ ਪਲੀਜ਼ ਲਾਈਕ ਕਰ ਦੀਜੀਏਗਾ ਤੋ ਬਹੁਤ ਬਹੁਤ ਧੰਨਵਾਦ ਦੋਸਤੋ, ਔਰ ਮੈਂ ਆਪਕੋ ਔਰ ਵੀ ਵੀਡੀਓ ਕੋ ਦਿਖਾਉਣਾ ਚਾਹਤਾ ਹੂੰ। ਤੋ ਜੈ ਹਿੰਦ ਜੈ ਭਾਰਤ, ਫਿਰ ਮਿਲੇ ਅਗਲੀ ਵੀਡੀਓ ਮੈਂ, ਤਬ ਤੱਕ ਲਈ ਨਮਸਕਾਰ।